ਬਿਊਟੀ ਲੋਦਾ ਲੱਗਾ ਸਭ ਤੋਂ ਜ਼ਿਆਦਾ ਮੈਨੂੰ ਘੈਂਟ ਕਿਉਂਕਿ ਉਹਨਾਂ ਦਾ ਮੈਨੂੰ ਰੀਅਲ ਲੱਗਦਾ ਜੋ ਵੀ ਕਰਦੇ ਆ ਨਾ ਉਹ ਸਭ ਕੁਝ ਮੈਨੂੰ ਇਦਾਂ ਲੱਗਦਾ ਕਿ ਰੀਅਲ ਆ ਇਸ ਕਰਕੇ ਮੈਨੂੰ ਉਹਨਾਂ ਦਾ ਵਧੀਆ ਲੱਗਦਾ ਲੱਗੇ ਤਿੰਨਾਂ ਨੇ ਵਧੀਆ ਨਿਭਾਏ ਆ ਤੇ ਬਾਕੀ ਜ਼ਿਆਦਾ ਬਿਨੋ ਢਿੱਲੋ ਜਿੱਦਾਂ ਹੀ ਆ ਕਿਉਂਕਿ ਜਦੋਂ ਵੱਜਦੇ ਆ ਜਾਂ ਉਹਦੇ ਲੱਤਾਂ ਜਾਂ ਖੇਡਦੇ ਗਿੱਪੀ ਦੀਆਂ ਉਹ ਬਹੁਤ ਘੈਂਟ ਸੀ ਉਹ ਤੇ ਜ਼ਿਆਦਾ ਹਾਸੀ ਆਈ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਲਾਚਾ ਭੰਗੜਾ ਤਾਂ ਸਜਦਾ ਜੇ ਨੱਚੇ ਮੁੰਡੇ ਦਾ ਚਾਚਾ ਭੰਗੜਾ ਤਾਂ ਸਜਦਾ ਤੇ ਮੋਜੇ ਹੀ ਮੋਜੇ ਦਾ ਪ੍ਰੀਮੀਅਰ ਸੀਗਾ ਤੇ ਆਮ ਲੋਕ ਵੀ ਪਹੁੰਚੇ ਨੇ ਗੱਲ ਕਰ ਲੈਂਦੇ ਹਾਂ ਮੈਡਮ ਮੂਵੀ ਕਿੱਦਾਂ ਲੱਗੀ ਸਭ ਤੋਂ ਵਧੀਆ ਲੱਗੀ ਮੂਵੀ ਬਹੁਤ ਘੈਂਟ ਲੱਗੀ ਲਾਸਟ 'ਚ ਜਿਹੜਾ ਮੈਸੇਜ ਮਿਲਿਆ ਉਹ ਬਹੁਤ ਵਧੀਆ ਲੱਗਾ ਉਹ ਚੀਜ਼ ਦੇਖਣੀ ਚਾਹੀਦੀ ਆ ਸਾਨੂੰ ਮੂਵੀ ਦੇ ਵਿੱਚ ਸਭ ਤੋਂ ਘੈਂਟ ਚੀਜ਼ ਘੈਂਟ ਕਰੈਕਟਰ ਕਿਹੜਾ ਲੱਗਿਆ ਬਿਨੂ ਢਿੱਲੋ ਦਾ ਲੱਗਾ ਸਭ ਤੋਂ ਜ਼ਿਆਦਾ ਮੈਨੂੰ ਘੈਂਟ ਕਿਉਂਕਿ ਉਹਨਾਂ ਦਾ ਮੈਨੂੰ ਰੀਅਲ ਲੱਗਦਾ ਜੋ ਵੀ ਕਰਦੇ ਆ ਨਾ ਉਹ ਸਭ ਕੁਝ ਮੈਨੂੰ ਇਦਾਂ ਲੱਗਦਾ ਕਿ ਰੀਅਲ ਆ ਇਸ ਕਰਕੇ ਮੈਨੂੰ ਉਹਨਾਂ ਦਾ ਵਧੀਆ ਲੱਗਦਾ ਮੈਡਮ ਤੁਹਾਨੂੰ ਕਿੱਦਾਂ ਲੱਗੀ ਮੂਵੀ ਸਭ ਤੋਂ ਵਧੀਆ ਕਰੈਕਟਰ ਕਿਹੜਾ ਲੱਗਿਆ ਮੈਨੂੰ ਬਿਨੂ ਢਿੱਲੋ ਮੈਨੂੰ ਤਾਂ ਤਿੰਨਾਂ ਦੇ ਬਹੁਤ ਵਧੀਆ ਲੱਗੇ ਤਿੰਨਾਂ ਨੇ ਵਧੀਆ ਨਿਭਾਏ ਆ ਤੇ ਬਾਕੀ ਜ਼ਿਆਦਾ ਬਿਨੋ ਢਿੱਲੋ ਜਿੱਦਾਂ ਹੀ ਆ ਕਿਉਂਕਿ ਜਦੋਂ ਵੱਜਦੇ ਆ ਜਾਂ ਉਹਦੇ ਲੱਤਾਂ ਜਾਂ ਖੇਡਦੇ ਗਿੱਪੀ ਦੀਆਂ ਉਹ ਬਹੁਤ ਘੈਂਟ ਸੀ ਉਹ ਤੇ ਜ਼ਿਆਦਾ ਹਾਸੀ ਆਈ ਸੌਂਗਸ ਵੀ ਕਾਫੀ ਘੈਂਟ ਸੀਗੇ ਜਦੋਂ ਚਲੋ ਵਧੀਆ ਹੀ ਸੀ ਉਹਨਾਂ ਨੇ ਭਾਈ ਚਾਚੇ ਨੂੰ ਲੈ ਕੇ ਸੁਣੀ ਹਾਂਜੀ ਹਾਂਜੀ ਸੁਣੀ ਆ ਅਸੀਂ 4-5 ਵਾਰ ਗਾ ਵੀ ਦਿੱਤੀ ਆ ਹੁਣ ਇੱਕ ਵਾਰੀ ਹੋਰ ਗਾ ਦੇ ਇੱਕ ਵਾਰੀ ਹੋਰ ਗਾ ਚਲੋ ਚਲੋ ਤੁਸੀਂ ਸ਼ੁਰੂ ਕਰੋ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਲਾਚਾ ਭੰਗੜਾ ਤਾਂ ਸਜਦਾ ਜੇ ਨੱਚੇ ਮੁੰਡੇ ਦਾ ਚਾਚਾ ਭੰਗੜਾ ਤਾਂ ਸਜਦਾ ਚਾਚਾ ਕਿੱਥੇ ਲੈ ਚਾਚਾ ਤਾਂ ਨੱਪ ਕੇ ਲਿਆਓ ਚਾਚਾ ਦਾ ਵੀ ਇਹਨੂੰ ਆਊਗਾ ਹੁਣ ਉਹ ਤੁਹਾਨੂੰ ਮੂਵੀ ਦੇਖਣ ਜਾਣੀ ਪੈਣੀ ਹਾਂ ਉਹਦੇ ਚ ਚਾਚੇ ਦੀ ਕਮੀ ਸੱਚੀ ਨਹੀਂ ਲੱਗੀ ਮੂਵੀ ਦੇ ਲੱਗੀ ਹੁਣ ਜ਼ਿਆਦਾ ਕਮੀ ਲੱਗੀ ਵੈਸੇ ਜਿਹੜਾ ਹਿਸਾਬ ਕਿਤਾਬ ਬਣਿਆ ਸੀ ਨਾ ਉਹ ਜ਼ਿਆਦਾ ਹੀ ਚਾਚਾ ਹੋ ਜਾਂਦੀ ਚਾਚਾ ਕਿ ਚਾਚੇ ਨੇ ਕੰਮ ਵਿਗਾੜ ਵੀ ਦੇਣਾ ਸੀ ਅਗਰ ਗਿੱਪੀ ਗਰੇਵਾਲ ਨੇ ਸਾਫ ਤੌਰ ਤੇ ਕਹਿਤਾ ਕਹਿਰੇ ਕਿ ਕੈਰੀ ਓਨ ਜੱਟਾ ਤੋਂ 3 ਗੁਣਾ ਵਧੀਆ ਮੂਵੀ ਹੈਗੀ ਹੈ ਪਰ ਹੁਣ ਦਰਸ਼ਕ ਡਿਸਾਈਡ ਕਰਨਗੇ ਕਿ ਆਖਰ ਜਦੋਂ ਮੂਵੀ ਥੀਏਟਰਾਂ ਦੇ ਵਿੱਚ ਰਿਲੀਜ਼ ਹੁੰਦੀ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਪਬਲਿਕ ਇਸ ਮੂਵੀ ਨੂੰ ਦਿੰਦੀ ਹੈ ਵਿਜੀਲੈਂਸ ਹਰਿੰਦਰ ਦੇ ਨਾਲ ਦਾ ਫੈਕਟ ਨਿਊਜ਼ ਮੋਹਾਲੀ ਬਿਨੂ ਢਿੱਲੋ ਦਾ ਲੱਗਾ ਸਭ ਤੋਂ ਜ਼ਿਆਦਾ ਮੈਨੂੰ ਘੈਂਟ ਕਿਉਂਕਿ ਉਹਨਾਂ ਦਾ ਮੈਨੂੰ ਰੀਅਲ ਲੱਗਦਾ ਜੋ ਵੀ ਕਰਦੇ ਆ ਨਾ ਉਹ ਸਭ ਕੁਝ ਮੈਨੂੰ ਇਦਾਂ ਲੱਗਦਾ ਕਿ ਰੀਅਲ ਆ ਇਸ ਕਰਕੇ ਮੈਨੂੰ ਉਹਨਾਂ ਦਾ ਵਧੀਆ ਲੱਗਦਾ ਲੱਗੇ ਤਿੰਨਾਂ ਨੇ ਵਧੀਆ ਨਿਭਾਏ ਆ ਤੇ ਬਾਕੀ ਜ਼ਿਆਦਾ ਬਿਨੂ ਢਿੱਲੋ ਜਿੱਦਾਂ ਹੀ ਆ ਕਿਉਂਕਿ ਜਦੋਂ ਵੱਜਦੇ ਆ ਜਾਂ ਉਹਦੇ ਲੱਤਾਂ ਜਾਂ ਖੇਡਦੇ ਗਿੱਪੀ ਦੀਆਂ ਉਹ ਬਹੁਤ ਘੈਂਟ ਸੀ ਉਹ ਤੇ ਜ਼ਿਆਦਾ ਹਾਸੀ ਆਈ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਲਾਚਾ ਭੰਗੜਾ ਤਾਂ